हां जी सर, की नाम है अपना? मेरा नाम जी गुरदीप सिंह है जी। मैं इन्हां दे अपने एमएलए साहब दे नाल वाली गली दे विच ही रह रहे हैं जी। हां जी, असीं तकरीबन 35 साल तो इन्हां दे नाल, जदों पहला इह अकाली दल सी उदों अकाली दल दे झंडे चक्के असीं नाल तुरे इन्हां दी। जदों इह कांग्रेस च जा वड़े, असीं कांग्रेस च जिन्हां नूं इन्हां ने जे कहता कुत्ते नूं वोट पा दो, असीं उहनूं पाउणी इन्हां दे मगर लग के। हुण इह आप चले गए, असीं आप च इन्हां दी सपोर्ट कीती। हुण पहलां की सी साडे सामणे, इधरले पासे तुसीं देखो, पहलां इत्थे चिट्टा बिकदा सी, लोक लाई जांदे, सानूं कोई इतराज़ नहीं सी इस चीज़ दा। ਕੱਲ ਹੁਣ 5-4 ਦਿਨਾਂ ਦੇ ਵਿੱਚੋਂ ਗਲੀ ਦੇ ਵਿੱਚ ਜਾ ਕੇ ਵੀ ਮੁੰਡੇ ਨਸ਼ਾ ਲਾਉਂਦੇ ਆ। ਉਸ ਵਿਰੋਧ ਦੇ ਵਿੱਚ ਕੱਲ ਬੁੜੀਆਂ ਸਾਡੇ ਕੋਲੇ ਘਰੇ ਗਈਆਂ, ਕਹਿੰਦੇ ਵੀ ਵੀਰੇ ਤੁਸੀਂ ਉਦੋਂ ਵੋਟਾਂ ਵੇਲੇ ਕਹਿੰਦੇ ਸੀ ਨਾਲ ਚੱਲੋ ਨਾਲ ਚੱਲੋ, ਹੁਣ ਕਿਉਂ ਨਹੀਂ ਤੁਰਦੇ? ਜਦੋਂ ਅਸੀਂ ਇਹਨਾਂ ਦੇ ਨਾਲ ਅੰਦਰ ਆ ਕੇ ਗੱਲ ਕੀਤੀ, ਇਹ ਕਹਿਣ ਲੱਗੇ ਸਾਨੂੰ ਉਹਨਾਂ ਦਾ ਨਾਮ ਦੱਸੋ, ਸਾਨੂੰ ਫੜ ਕੇ ਦਿਓ। ਅਸੀਂ ਆਖਿਆ ਅੰਕਲ ਅਸੀਂ ਇਹਨਾਂ ਨਾਲ ਕਿਵੇਂ ਵਿਰੋਧ ਪਾਲੀਏ, ਵੀ ਨਾਮ ਲੈ ਕੇ ਤਾਂ ਸਾਡੇ ਕੱਲ ਨੂੰ ਜਵਾਕਾਂ ਦੇ ਸੱਟਾਂ ਮਾਰਨਗੇ। ਫਿਰ ਮੈਨੂੰ ਇਹਨਾਂ ਦੀ ਕਹਿਣ ਦਾ ਬੋਲਦੇ, ਮੈਨੂੰ ਕਹਿੰਦੇ ਤੂੰ ਅੱਧ ਭਾਬੀ ਕੇ ਸਾਡੇ ਤੇ ਖਰੀ ਕਰਨ ਆ ਗਿਆ ਮੇਰੇ ਤੇ। ਮੈਂ ਇਹਨਾਂ ਨੂੰ ਆਖਿਆ ਜੀ ਜੇ ਮੇਰੀ ਪੀਤੀ ਹੈ, ਤੁਸੀਂ ਮੇਰਾ ਮੈਡੀਕਲ ਕਰਾਓ, ਤੁਸੀਂ ਸ਼ਹਿਰ ਦੇ ਵਿਧਾਇਕ ਹੋ, ਮੈਨੂੰ ਨਾਲ ਲੈ ਕੇ ਚੱਲੋ, ਮੈਡੀਕਲ ਮੇਰਾ ਕਰਵਾਓ, ਤੇ ਜੇ ਮੇਰੀ ਪੀਤੀ ਹੋਈ ਮੇਰੇ ਚਪੇੜੇ ਮਾਰ ਕੇ ਗਲੀ ਦੇ ਵਿੱਚ ਕੱਢੋ। ਪਰ ਕਹਿਣ ਦਾ ਮਤਲਬ ਇਹਨਾਂ ਨੂੰ ਇਹ ਗੱਲ ਬੋਲਣੀ ਬਹੁਤ, ਕਹਿਣ ਦਾ ਮਤਲਬ ਮੇਰੀ ਗਲੀ ਵਿੱਚ ਇੰਨੀ ਨਜਾਇਜ਼ ਬੇਇੱਜ਼ਤੀ ਹੋਈ ਹੈ ਵੀ ਜੇ ਮੈਨੂੰ ਲੋਕ ਸਾਰੇ ਗਲੀ ਵਾਲੇ ਇੱਕ ਪਾਸੇ ਮੈਨੂੰ ਇਹਨਾਂ ਦਾ ਚਮਚਾ ਕਹਿੰਦੇ ਹੁੰਦੇ ਸੀਗੇ। ਕਹਿੰਦੇ ਸੀ ਸਾਰੀ ਗਲੀ ਵਾਲੇ ਮੈਨੂੰ ਚਮਚਾ ਕਹਿੰਦੇ, ਸਾਰੀ ਗਲੀ ਇੱਕ ਪਾਸੇ। ਪਰ ਜਦੋਂ ਰਾਤੀ ਮੈਂ ਗਿਆ, ਮੈਨੂੰ ਇਹ ਗਲੀ ਵਾਲੇ ਸਾਰੇ ਫਿਰ ਮੈਨੂੰ ਕਹਿਣ ਲੱਗੇ ਵੀ ਹੁਣ ਤੂੰ ਬੇਇੱਜ਼ਤੀ ਕਰਾ ਲਈ, ਹੁਣ ਤੂੰ ਸਾਡੇ ਨਾਲ ਰਲਣਾ ਹੈ ਵੀ ਸਾਡੇ ਨਾਲ ਤੁਰ ਜਾਏਗਾ ਗਲੀ ਵਾਸਤੇ ਕਿ ਨਹੀਂ, ਤੇ ਫਿਰ ਸਾਨੂੰ ਹਾਰ ਕੇ ਇਹ ਧਰਨਾ ਲਾਉਣਾ ਪਿਆ। ਇਹ ਰੂਪ ਜਿਹੜਾ ਇਹਨਾਂ ਦਾ ਮੈਂ ਰਾਤ ਦੇਖਿਆ, ਮੈਂ 40-44 ਸਾਲ ਦੀ ਮੇਰੀ ਉਮਰ ਹੋ ਗਈ, ਮੈਂ ਇਹ ਰੂਪ ਕਦੇ ਨਹੀਂ ਦੇਖਿਆ ਸੀਗਾ ਜੀ। ਜੋ ਰਾਤ ਇਹ ਨਹੀਂ ਪਤਾ ਇਹਨਾਂ ਨੂੰ ਕਿਸੇ ਹੋਰ ਤੇ ਗੁੱਸਾ ਸੀ, ਸਾਡੇ ਗਲੀ ਵਾਲਿਆਂ ਤੇ ਕੱਢਤਾ ਜਾਂ ਮੇਰੇ ਤੇ ਕੱਢਤਾ, ਇਹ ਚੀਜ਼ਾਂ ਮੈਨੂੰ ਨਹੀਂ ਪਤਾ। ਪਰ ਮੈਂ ਬਹੁਤ ਰਿਸਪੈਕਟ, ਕਿਉਂਕਿ ਮਾੜੇ ਬੰਦੇ ਨਾਲ ਅਸੀਂ ਕਦੇ ਨਹੀਂ ਤੁਰਦੇ, ਅਸੀਂ ਇਹਨਾਂ ਨੂੰ ਮਾੜਾ ਨਹੀਂ ਕਹਿੰਦੇ ਵੀ ਇਹਨਾਂ ਨੇ ਕੋਈ ਮਾੜਾ। ਪਰ ਜਿਹੜੀ ਇਹ ਰਾਤ ਇਹਨਾਂ ਦੀ ਜਿਹੜੀ ਲੈਂਗੁਏਜ ਸੀਗੀ, ਇਹ ਬਹੁਤ ਕਹਿੰਦੇ ਉਹ ਸਾਡੇ ਦਿਲ ਨੂੰ ਸੂਹੀ। ਅਸੀਂ ਪ੍ਰਦਰਸ਼ਨ ਇਹ ਕਰਦੇ, ਸਾਡੇ ਪੜੋਸੀ ਨੇ ਐਮਐਲਏ ਸਾਡੀ ਕੋਈ ਗੱਲ ਨਹੀਂ ਸੁਣਦੇ। ਅਸੀਂ ਇੱਕ ਨੰਬਰ 'ਚ, ਇਹ ਬਾਹਰਲੇ ਪਾਸੇ ਸਾਡੇ ਤੋਂ 15-15 ਸਾਲ ਦੇ ਜਵਾਕ ਚਿੱਟਾ ਖਾਣ ਲੱਗਤਾ ਇਹਨਾਂ ਨੂੰ। 20-20 ਸਾਲ ਦੇ ਤਾਂ ਮਰਦੇ ਹੀ ਪਏ ਆ, ਉਹਨਾਂ ਤਾਂ ਪਤਾ ਹੀ ਨਹੀਂ ਕਿੰਨਾ ਜ਼ਿਆਦਾ ਹੀ ਖਾਂਦੇ ਆ ਕਿ ਘੱਟ ਖਾਂਦੇ ਆ, ਉਹ ਤਾਂ ਬਚਦੇ ਹੀ ਕੋਈ ਨਹੀਂ। ਉਸ ਤੋਂ ਬਾਅਦ ਜਿਹੜੇ ਘਰਾਂ 'ਚ ਘੁਸਦੇ ਆ ਚਿੱਟਾ ਖਰੀਦਣ ਵਾਸਤੇ, ਕਦੇ ਭਾਂਡੇ ਵੇਚਦੇ ਆ, ਹੋਰ ਤਾਂ ਹੋਰ ਸਾਡੇ ਘਰੇ ਚੋਰੀ ਵੀ ਹੋਈ ਹੈ, ਸਾਡੇ ਪਿਛਲਿਆਂ ਦੇ ਚੋਰੀ ਹੈ, ਉੱਪਰਲੀ 2 ਨੰਬਰ ਗਲੀ 'ਚ ਚੋਰੀ ਹੋਈ ਹੈ, ਐਮਐਲਏ ਸਾਹਿਬ ਸੁੱਤੇ ਪਏ ਨੇ। ਇਸ ਏਰੀਆ 'ਚ ਕੌਣ ਚਿੱਟਾ ਵੇਚਦਾ ਤੁਹਾਨੂੰ ਪਤਾ ਕੁਛ ਇਸ ਬਾਰੇ? ਇੰਨਾ ਤਾਂ ਪਤਾ ਹੋਵੇ ਤਾਂ ਫੜ ਲਈਏ ਵੀਰੇ, ਜਿਹੜਾ ਚਿੱਟਾ ਵੇਚਦਾ। ਪਰ ਐਮਏ ਸਾਹਿਬ ਤਾਂ ਸਾਡੇ ਗੱਲ ਦੀ ਗੌਰ ਕਰ ਸਕਦੇ ਆ, ਪੁੱਛ ਸਕਦੇ ਆ ਵੀ ਗਰੀਬ ਬੰਦੇ ਕਿਉਂ ਕਿਸ ਗੱਲ ਤੋਂ ਦੁਖੀ ਨੇ। ਤੁਸੀਂ ਕਦੇ ਆਏ ਹੋ ਐਮਐਲਏ ਸਾਹਿਬ ਕੋਲ? ਅਸੀਂ ਆਏ ਸੀ 4 ਦਿਨ ਪਹਿਲਾਂ ਆਏ ਸੀ, ਕਹਿੰਦੇ ਹਾਲੇ ਉਹ 10 ਵਜੇ ਆਣਗੇ, 11 ਵਜੇ ਆਣਗੇ, ਅੱਗੇ ਗਏ ਪੁਲਿਸ ਵਾਲਿਆਂ ਨੇ ਗੱਲ ਨਹੀਂ ਸੁਣੀ ਸਾਡੀ। ਨਹੀਂ, ਇਹ ਕਹਿੰਦੇ ਸੀਗੇ ਕਿ ਆਮ ਲੋਕਾਂ ਦੇ ਅਸੀਂ ਵਿੱਚ ਰਵਾਂਗੇ, ਲੋਕਾਂ ਦੀ ਗੱਲ ਸੁਣਾਂਗੇ। ਆਮ 'ਚ ਹੀ ਬੈਠੇ ਆ, ਸਾਡੇ ਬਣਾਏ ਹੋਏ ਖਾਸ ਹੋਏ ਆ ਇਹ, ਅਸੀਂ ਤਾਂ ਆਮ ਹੀ ਆ ਵੀਰੇ, ਪਰ ਸਾਡੀ ਕੋਈ ਗੱਲ ਹੀ ਨਹੀਂ ਸੁਣਦਾ। ਅਸੀਂ ਕਿੰਨੇ ਕੁ ਦੁਖੀ ਆ ਇਹਨਾਂ ਤੋਂ? ਅਸੀਂ ਤਾਂ ਬਹੁਤ ਦੁਖੀ ਆ ਬਾਈ, ਇਹਨਾਂ ਸ਼ਹਿਰ ਤੋਂ ਜਾ ਰਹੇ ਕਿੰਨੇ ਕੁ ਦੁਖੀ ਆ ਤੁਸੀਂ? ਅਸੀਂ ਲੋਕਾਂ ਦਾ ਕਹਿੰਦੇ ਨੇ ਕਰੇ ਹੀ, ਹੁਣ ਸਾਡੀ ਗਲੀਆਂ 'ਚ ਐਂਟਰੀ ਹੋਣ ਲੱਗ ਗਈ ਜਿਹੜਾ ਯੂਥ ਮਾਰਤਾ ਜੀ ਨਸ਼ੇ ਨੇ, ਤਾਂ ਚਰੇ ਆਮ ਜੀ ਚਿੱਟਾ ਵੇਖ ਰਿਹਾ ਯੂਥ ਜਿਹੜਾ ਸੀਗਾ, ਯੂਥ ਹੀ ਸਾਡੀ ਐਮਐਲਏ ਸਾਹਿਬ ਦੇ ਗਵਾਂਢ ਜਿਹੜਾ ਵੀ ਗੱਲ ਲੱਗ ਗਈ ਜਿਹੜਾ ਯੂਥ ਆ ਉਹ ਨਾਸ਼ ਹੋ ਗਿਆ, ਨਾਲੇ ਗਲੀ 'ਚ ਆ ਰਹੇ ਆ, ਇੱਥੇ ਕੋਈ ਸੁਣਵਾਈ ਨਹੀਂ ਹੋਣੀ। ਮੈਨੂੰ ਪਹਿਲਾਂ ਯੂਥ ਮਾਰੇ ਆ, ਤੇ ਆਉਣ ਵਾਲੀ ਪੀੜ੍ਹੀ ਮਰ ਜਾਏ, ਤੇ ਜੇ ਸਿਰ ਪਾੜਦੇ ਨੇ ਮਾਪੇ ਭੈਣ ਮਰ ਜਾਂਦੇ, ਦੇਖ ਦੇ ਕਿੰਨੇ ਪੁੱਤ ਮਾਰਦੇ, ਉਹ ਤਾਂ ਘਰਾਂ ਹੀ ਬਰਬਾਦ ਹੋ ਜਾਂਦੇ ਗਏ, ਇਹ ਕੀ ਕਰਨਗੇ? ਨਾ ਪੜਾਉਣ ਦਾ ਸਿੱਖਿਆ ਵੱਲ ਜ਼ੋਰ ਹੈ, ਨਾ ਐਜੂਕੇਸ਼ਨ ਵੱਲ, ਨਾ ਕੋਈ ਖਾਣ ਪੀਣ ਵੱਲ, ਚਿੱਟੇ ਵੱਲ ਜ਼ੋਰ ਲਾ ਰੱਖਿਆ ਜੀ। ਜਵਾਕ ਮਰਦੇ ਆ ਤਾਂ ਮਾਪੇ ਬਾਪੇ ਮਰ ਜਾਂਦੇ, ਦੇਸ਼ ਤਾਂ ਅੱਗੇ ਪਿੱਛੇ ਜਾਊਗਾ ਜੀ, ਕੀ ਕਰਾਂਗੇ ਅਸੀਂ? ਸਾਡਾ ਤੀਰਾ ਤਾਂ ਵੈਸੇ ਤਾਂ ਮਰੇ ਪੈ ਗਿਆ, ਫਿਰ ਸਭ ਦਿਹਾੜੀ ਵਾਲੇ ਬੰਦੇ ਖੜੇ, ਕੋਈ ਕੋਈ ਐਜਾ ਨਹੀਂ ਰਿਹਾ ਦਿਹਾੜੀ ਨਾ ਕਰਦਾ ਵੀ, ਜਿਹੜਾ ਖਾਂਦਾ। ਸਾਡੇ ਵਾਰਡ ਵਿੱਚ ਇੰਨੇ ਐਮਸੀ ਆਏ, ਇੰਨੇ ਐਮਐਲਏ ਆਏ,